ਰੇਡੀਓ ਸਿਟੀ 91.1 FM ਤੇ। ਤੁਸੀਂ ਲਵ ਗੁਰੂ ਦੇ ਨਾਲ। ਅਗਲਾ ਮੈਸੇਜ ਮੇਰੇ ਕੋਲ ਆਇਆ ਕਿ ਮੈਂ ਆਪਣੇ ਹਸਬੈਂਡ ਨੂੰ ਬਹੁਤ ਪਿਆਰ ਕਰਦੀ ਹਾਂ, ਮੈਂ ਕਿਵੇਂ ਉਹਨਾਂ ਨੂੰ ਇਹ ਗੱਲ ਰਿਅਲਾਈਜ਼ ਕਰਾ ਸਕਦੀ ਹਾਂ, ਕਿਸ ਤਰ੍ਹਾਂ ਉਹਨਾਂ ਨੂੰ ਮੈਂ ਫੀਲ ਕਰਵਾ ਸਕਦੀ ਹਾਂ। ਮੇਰਾ ਨਾਮ ਸੁਹਾਨਾ ਅਤੇ ਮੇਰੇ ਹਸਬੈਂਡ ਦਾ ਨਾਮ ਮੋਨੂ ਹੈ। ਸੁਹਾਨਾ ਮੌਸਮ ਸੁਹਾਨਾ ਹੈ ਔਰ ਦਿਲ ਦਾ ਇਕਰਾਰਨਾਮਾ ਅਕਸਰ ਦਿਲ ਤੱਕ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਪਹੁੰਚਾਇਆ ਜਾਂਦਾ ਹੈ। ਆਈ ਹੋਪ ਯੂ ਕੇਅਰ ਫੋਰ ਹਿਮ, ਯੂ ਲੁੱਕ ਆਫਟਰ ਹਿਮ। ਛੋਟੀਆਂ ਛੋਟੀਆਂ ਚੀਜ਼ਾਂ 'ਚ ਉਹਨਾਂ ਦਾ ਖਿਆਲ ਰੱਖ ਕੇ, ਉਹਨਾਂ ਦਾ ਹਰ ਨਿੱਕਾ ਮੋਟਾ ਕੰਮ ਕਰਕੇ ਆਪਣੀ ਫੀਲਿੰਗਸ ਐਕਸਪ੍ਰੈਸ ਕਰ ਸਕਦੇ ਹੋ। ਐਂਡ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਉਹਦੇ ਉੱਤੇ ਕੋਈ ਮੈਂਟਲ ਟੈਂਸ਼ਨ, ਕੋਈ ਪ੍ਰੈਸ਼ਰ ਹੋਵੇ ਤਾਂ ਸ਼ਾਇਦ ਉਹ ਸੁੰਨ ਪੈ ਜਾਂਦਾ ਹੈ, ਕਈ ਵਾਰੀ ਦੇਖਦਾ ਨਹੀਂ ਤੁਹਾਡੇ ਵੱਲ, ਤੁਹਾਡੀ ਕਦਰ ਨਹੀਂ ਪਾਉਂਦਾ। ਘਰ 'ਚ ਆਉਂਦਿਆਂ ਉਹਨੂੰ ਇਹ ਲੱਗਦਾ ਜਿੱਦਾਂ ਫਰਨੀਚਰ ਹੈ ਉੱਦਾਂ ਹੀ ਘਰ ਦੀ ਐਕਸਟੈਂਸ਼ਨ ਉਹਦੀ ਪਤਨੀ ਹੈ। ਡੋਂਟ ਲੈਟ ਹਿਮ ਟੇਕ ਯੂ ਫੋਰ ਗ੍ਰਾਂਟਡ। ਆਪਣੀ ਪ੍ਰੈਜੈਂਸ ਫੀਲ ਕਰਾਉਂਦੇ ਰਿਹਾ ਕਰੋ, ਆਪਣੇ ਦਿਲ ਦਾ ਹਾਲ ਉਹਦੇ ਤੱਕ ਪਹੁੰਚਾਉਂਦੇ ਰਿਹਾ ਕਰੋ। ਕ੍ਰੀਏਟ ਅ ਰੋਮੈਂਟਿਕ ਇਨਵਾਇਰਮੈਂਟ ਇਨ ਐਂਡ ਅਰਾਊਂਡ ਦਾ ਹਾਊਸ, ਨਹੀਂ ਤਾਂ ਹੋ ਸਕੇ ਤਾਂ ਸੀਨ ਬਦਲ ਕੇ ਵੇਖੋ। ਟੇਕ ਹਿਮ ਆਊਟ ਫੋਰ ਅ ਡਰਾਈਵ, ਛੁੱਟੀ ਵਾਸਤੇ ਚਲੇ ਜਾਓ ਧੁੱਪ ਦਿਨ ਲਈ, ਜਸਟ ਯੂ ਐਂਡ ਹਿਮ, ਸਾਰੀ ਪਰੇਸ਼ਾਨੀਆਂ ਤੋਂ ਦੂਰ। ਪਹਾੜਾਂ 'ਤੇ ਨਿਕਲ ਜਾਓ ਕਿਤੇ ਖੂਬਸੂਰਤ ਵਾਦੀਆਂ ਦੇ ਵਿੱਚ, ਜਸਟ ਗੋ ਫੋਰ ਅ ਲੌਂਗ ਡਰਾਈਵ ਰਾਈਟ ਨਾਓ। ਕੁਝ ਵੀ ਕਰ ਸਕਦੇ ਹੋ। ਸਮਟਾਈਮਸ ਚੇਂਜ ਆਫ ਪਲੇਸ ਦੇ ਨਾਲ ਦਿਲ ਰਿਲੈਕਸ ਕਰਦਾ ਹੈ, ਮਾਇੰਡ ਟੈਂਸ਼ਨ ਤੋਂ ਪਰੇ ਹਟਦਾ ਹੈ। ਰੂਟੀਨ ਦੀਆਂ, ਰੋਜ਼ਮਰਾ ਦੀਆਂ ਜਦੋ ਜਹਿਦ ਦੋਨਾਂ ਕਸ਼ਮਕਸ਼ਾਂ 'ਚੋਂ ਬਾਹਰ ਨਿਕਲਦਾ ਹੈ, ਜਦੋਂ ਇਨਸਾਨ ਤਾਂ ਉਹਨੂੰ ਰਿਅਲਾਈਜ਼ ਹੁੰਦਾ ਹੈ ਕਿ ਉਹਦੇ ਕੋਲ ਉਹਦਾ ਪਿਆਰ, ਇੱਕ ਖੂਬਸੂਰਤ ਸਾਥੀ ਔਰ ਹਮਸਫ਼ਰ ਮੌਜੂਦ ਹੈ। ਸੋ ਸੁਹਾਨਾ, ਯੂ ਕੈਨ ਟਰਾਈ ਆਲ ਆਫ ਦੀਜ਼ ਥਿੰਗਸ, ਕੁਛ ਨਾ ਕੁਛ ਤਾਂ ਕੰਮ ਜ਼ਰੂਰ ਕਰੇਗਾ। ਐਂਡ ਜੇ ਕਿਤੇ ਤੁਹਾਡੇ ਹਸਬੈਂਡ ਮੋਨੂ ਇਸ ਵੇਲੇ ਸੁਣ ਰਹੇ ਨੇ, ਤਾਂ ਮੋਨੂ, ਦੇਰ ਇਜ਼ ਨੋ ਹਾਰਮ ਇਨ ਰਿਸਪੋਂਡਿੰਗ ਟੂ ਦ ਲਵ ਆਫ ਯੋਰ ਵਾਈਫ, ਟੂ ਦ ਲਵ ਆਫ ਯੋਰ ਲਾਈਫ, ਰਾਈਟ? ਜੇ ਤੁਹਾਡੇ ਦਿਲ ਦੀ ਕੋਈ ਪਰੇਸ਼ਾਨੀ, ਕੋਈ ਟੈਂਸ਼ਨ, ਕੋਈ ਇਸ਼ੂ ਹੈ ਤਾਂ ਮੈਨੂੰ ਕਾਲ ਕਰਕੇ ਦੱਸ ਸਕਦੇ ਹੋ 3919911 ਤੇ, 3919911 ਤੇ। ਸੁਣਦੇ ਰਹੋ ਲਵ ਗੁਰੂ ਦੇ ਨਾਲ 91.1 FM ਰੇਡੀਓ ਸਿਟੀ।